ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਮਨਚੂਰੀਅਨ ਗ੍ਰੇਵੀ ਵਿਦ ਪਲੇਨ ਸਪੈਗੇਟੀ ਉਹਦੇ ਲਈ ਮੈਂ ਇੱਕ ਕੈਰਟ ਜਿਹੜੀ ਆ ਉਹ ਗ੍ਰੇਟ ਕਰ ਲੈਣੀ ਆ ਨਾਈਸਲੀ ਅਤੇ ਥੋੜ੍ਹੀ ਜਿਹੀ ਕੈਬੇਜ ਗ੍ਰੇਟ ਕਰਕੇ ਅਤੇ ਦੋਨਾਂ ਨੂੰ ਮਿਕਸ ਕਰ ਲੈਣਾ ਇਹਨੇ ਥੋੜ੍ਹਾ ਜਿਹਾ ਪਾਣੀ ਛੱਡਣਾ ਆ ਤੁਸੀਂ ਚਾਹੋ ਪਾਣੀ ਨਿਚੋੜ ਸਕਦੇ ਆ ਪਰ ਮੈਂ ਨਿਚੋੜਨਾ ਨਹੀਂ ਹੈ ਪਾਣੀ ਤਾਂ ਕਿ ਇਹਦੇ ਨਿਊਟ੍ਰੀਐਂਟਸ ਨਾ ਲੂਜ਼ ਹੋਣ ਥੋੜ੍ਹਾ ਜਿਹਾ ਕੈਪਸੀਕਮ ਪਾਈ ਆ ਜਿਹੜੀ ਗ੍ਰੇਟ ਕੀਤੀ ਸੀਗੀ ਅਤੇ ਇੱਕ ਕੜਛੀ ਪਾਈ ਆ ਮੈਂ ਇੱਥੇ ਰਾਈਸ ਫਲਾਰ ਦੀ ਚੌਲਾਂ ਦਾ ਆਟਾ ਜਿਹੜਾ ਹੁੰਦਾ ਜੇ ਤੁਹਾਡੇ ਕੋਲ ਨਹੀਂ ਹੈਗਾ ਚੌਲਾਂ ਦਾ ਆਟਾ ਤੁਸੀਂ ਮੈਦਾ ਪਾ ਸਕਦੇ ਹਾਂ ਅਤੇ ਇੱਕ ਕੜਛੀ ਮੈਂ ਪਾਈ ਆ ਅਰਾਰੋਟ ਦੀ ਕੋਰਨਫਲਾਰ ਦੀ ਨਾਲ ਇੱਕ ਚਮਚ ਸਾਲਟ ਦਾ ਇੱਥੇ ਰੰਤੇਗ ਨੇ ਮੈਨੂੰ ਵੇਖ ਲਿਆ ਕਿ ਮੰਮਾ ਕੁਛ ਬਣਾ ਰਹੇ ਆ ਕਿਚਨ ਦੇ ਵਿੱਚ ਉਹ ਆ ਗਿਆ ਬਸ ਮੇਰੇ ਕੋਲ ਖੜਾ ਹੋ ਕੇ ਸਪਾਈਸ ਬੋਕਸ ਨਾਲ ਪਲੇ ਕਰਨਾ ਸ਼ੁਰੂ ਕਰ ਦਿੱਤਾ ਉਹਨੇ ਉਹਨੂੰ ਸੀਗਾ ਕਿ ਮੈਂ ਮਸਾਲੇ ਐਡ ਕਰਾਂ ਐਜ਼ ਯੂਜੂਅਲ ਉਹ ਮੇਰੇ ਨਾਲ ਜਿੱਦਾਂ ਕਰਦਾ ਆ ਫਿਰ ਵਾਰੀ ਵਾਰੀ ਕਰਕੇ ਉਹਨੇ ਮਸਾਲੇ ਐਡ ਕੀਤੇ ਮੈਂ ਉਹਨੂੰ ਪਾ ਕੇ ਫੜਾਈ ਗਈ ਅਤੇ ਇੱਥੇ ਉਹ ਵੀ ਉਹਨੇ ਪੈਪਰ ਐਡ ਕਰ ਦਿੱਤੀ ਫਿਰ ਕਹਿੰਦਾ ਮੈਂ ਨੈਕਸਟ ਵਾਲਾ ਮਸਾਲਾ ਵੀ ਮੈਂ ਹੀ ਐਡ ਕਰਨਾ ਫਿਰ ਉਹਨੂੰ ਮੈਂ ਕਹਿ ਕੇ ਐਡ ਕਰ ਦਿੱਤੀ ਥੋੜ੍ਹਾ ਕੋਰੀਐਂਡਰ ਫਿਰ ਉਹਦਾ ਇਰਾਦਾ ਸੀ ਮੈਂ ਹਲਦੀ ਵੀ ਐਡ ਕਰਦਾ ਕਿਉਂਕਿ ਜਿਹੜੀਆਂ ਚੀਜ਼ਾਂ ਯੂਜਲੀ ਐਡ ਕਰਦੇ ਹਾਂ ਉਹਨੂੰ ਪਤਾ ਆ ਅਤੇ ਪਰ ਮੈਨੂੰ ਉੱਥੇ ਰੋਕਤਾ ਕਿ ਨਹੀਂ ਆਪਾਂ ਨਹੀਂ ਐਡ ਕਰਨੀ ਹਲਦੀ ਅਤੇ ਫਿਰ ਮੈਂ ਥੋੜ੍ਹੀ ਜਿਹੀ ਹਿੰਗ ਐਡ ਕਰ ਦਿੱਤੀ ਅਤੇ ਨਾਲ ਹੀ ਮੈਂ ਜਿਹੜਾ ਆ ਲਸਣ ਅਤੇ ਅਦਰਕ ਕ੍ਰਸ਼ ਕੀਤਾ ਹੋਇਆ ਸੀ ਉਹ ਐਡ ਕਰ ਦਿੱਤਾ ਜੇ ਤੁਸੀਂ ਨਹੀਂ ਐਡ ਕਰਨਾ ਚਾਹੁੰਦੇ ਸਕਿੱਪ ਕਰ ਸਕਦੇ ਹਾਂ ਪਰ ਮੇਰੇ ਕੋਲ ਐਕਸਟਰਾ ਮੈਂ ਕੀਤਾ ਹੋਇਆ ਸੀ ਮੈਂ ਇਸ ਲਈ ਐਡ ਕਰ ਦਿੱਤਾ ਇਹ ਤੋਂ ਬਿਨਾਂ ਵੀ ਆਪਾਂ ਜਿਹੜੇ ਆ ਉਹ ਮਨਚੂਰੀਅਨ ਬੋਲਸ ਬਣਾ ਸਕਦੇ ਹਾਂ ਅਤੇ ਥੋੜ੍ਹਾ ਜਿਹਾ ਪਿਆਜ਼ ਅਤੇ ਹਰੀ ਮਿਰਚ ਐਡ ਕਰ ਦਿੱਤਾ ਬਸ ਹੁਣ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਹਲਕੇ ਹੱਥਾਂ ਨਾਲ ਮਿਕਸ ਕਰ ਲੈਣਾ ਹੈ ਅਤੇ ਵੇਖ ਲੈਣਾ ਆ ਕਿ ਇਹ ਬੋਲਸ ਦੀ ਸ਼ੇਪ ਫੜਦਾ ਆ ਮਿਕਸਚਰ ਕਿ ਨਹੀਂ ਜੇ ਨਹੀਂ ਤਾਂ ਆਪਾਂ ਹੋਰ ਇੱਥੇ ਮੈਦਾ ਜਾਂ ਅਰਾਰੋਟ ਐਡ ਕਰ ਸਕਦੇ ਹਾਂ ਚੌਲਾਂ ਦਾ ਆਟਾ ਵੀ ਐਡ ਕਰ ਸਕਦੇ ਹਾਂ ਮੈਨੂੰ ਇੱਥੇ ਲੱਗਿਆ ਕਿ ਨਹੀਂ ਜਿੱਦਾਂ ਕਿ ਇਹ ਬਾਈਂਡਿੰਗ ਵਧੀਆ ਨਹੀਂ ਹੁੰਦੀ ਇਹਦੀ ਮੈਂ ਹੱਥ 'ਚ ਇੱਦਾਂ ਬੋਲ ਬਣਾ ਕੇ ਵੇਖ ਲਈ ਸੀਗੀ ਅਤੇ ਉਹ ਸਹੀ ਨਹੀਂ ਬਣ ਰਹੀ ਫਿਰ ਮੈਂ ਕੀ ਕੀਤਾ ਕਿ ਥੋੜ੍ਹਾ ਜਿਹਾ ਜਿਹੜਾ ਆਪਣਾ ਕੋਰਨਫਲਾਰ ਸੀਗਾ ਹੋਰ ਐਡ ਕਰ ਦਿੱਤਾ ਅਤੇ ਉਹਦੇ ਨਾਲ ਕੀ ਹੋਇਆ ਕਿ ਇਹਦੀ ਜਿਹੜੀ ਬਾਈਂਡਿੰਗ ਸੀ ਉਹ ਵਧੀਆ ਹੋ ਗਈ ਸਬਜ਼ੀਆਂ ਸਾਰੀਆਂ ਦੀ ਬਸ ਸਾਰਾ ਕੁਝ ਰਲਾ ਮਿਲਾ ਕੇ ਛੋਟੀਆਂ ਛੋਟੀਆਂ ਬੋਲਸ ਜਿਹੜੀਆਂ ਕੋਫਤਿਆਂ ਵਾਂਗੂ ਬਣਾ ਲੈਣੀਆਂ ਆ ਇੱਕੋ ਸਾਈਜ਼ ਦੀਆਂ ਸ਼ੇਪ ਅਤੇ ਸਾਈਜ਼ ਇਹਦਾ ਕੁਛ ਵੀ ਆਪਣੇ ਹਿਸਾਬ ਨਾਲ ਤੁਸੀਂ ਰੱਖ ਸਕਦੇ ਹਾਂ ਅਤੇ ਇਹਨਾਂ ਨੂੰ ਆਪਾਂ ਕਰਾਂਗੇ ਡੀਪ ਫਰਾਈ ਉਹਦੇ ਲਈ ਮੈਂ ਇੱਥੇ ਇੱਕ ਪੈਨ ਲੈ ਲਿਆ ਪੈਨ ਦੇ ਵਿੱਚ ਮਸਟਰਡ ਆਇਲ ਪਾਤਾ ਡੀਪ ਫਰਾਈ ਕਰਨ ਲਈ ਅਤੇ ਨਾਲ ਨਾਲ ਹੀ ਮੈਂ ਜਿਹੜਾ ਆ ਸਪੈਗੇਟੀ ਦੀ ਵੀ ਤਿਆਰੀ ਕਰਦੀ ਪਈ ਸੀਗੀ ਇੱਕ ਕੜਾਹੀ 'ਚ ਪਾਣੀ ਗਰਮ ਕਰਨ ਲਈ ਰੱਖ ਦਿੱਤਾ ਸੀਗਾ ਵਿੱਚ ਸਾਲਟ ਪਾਤਾ ਸੀ ਅਤੇ ਇੱਕ ਪਾਸੇ ਜਦੋਂ ਤੱਕ ਜਿਹੜਾ ਮਨਚੂਰੀਅਨ ਆਪਣੇ ਫਰਾਈ ਹੋਣਗੇ ਬੋਲਸ ਤਦ ਤੱਕ ਮੇਰੀ ਜਿਹੜੀ ਸਪੈਗੇਟੀ ਆ ਉਹ ਵੀ ਬੋਇਲ ਹੋ ਜੂਗੀ ਨਾਲ ਨਾਲ ਵੇਖੋ ਕਿੰਨਾ ਸੋਹਣਾ ਕਲਰ ਆ ਗਿਆ ਗੋਲਡਨ ਬਰਾਊਨ ਜਿਹਾ ਅਜੇ ਥੋੜ੍ਹਾ ਜਿਹਾ ਹੋਰ ਟਾਈਮ ਲੱਗੂ ਇਹਨਾਂ ਨੂੰ ਕੁੱਕ ਹੁੰਦਿਆਂ ਮੇਰੇ ਨਾ ਗੈਸ ਸਟੋਵ ਦਾ ਜਿਹੜਾ ਇਹ ਸਭ ਤੋਂ ਵੱਡਾ ਬਰਨਰ ਹੈ ਇਹਦੇ ਸੈਂਟਰ 'ਚ ਸੇਕ ਘੱਟ ਲੱਗਦਾ ਅਤੇ ਆ ਵੇਖੋ ਸੈਂਟਰ ਵਾਲੀਆਂ ਬੋਲਸ ਪ੍ਰੋਪਰ ਕੁੱਕ ਨਹੀਂ ਹੋਈਆਂ ਅਤੇ ਸਾਈਡ ਵਾਲੀਆਂ ਹੋ ਗਈਆਂ ਇਸ ਕਰਕੇ ਇਹਨਾਂ ਨੂੰ ਥੋੜ੍ਹਾ ਜਿਹਾ ਅਲਟਣਾ ਪਲਟਣਾ ਪੈਂਦਾ ਅਤੇ ਬਸ ਇਹਨਾਂ ਨੂੰ 2 ਕੁ ਮਿੰਟ ਹੋਰ ਲੈਣਗੀਆਂ ਇਹ ਬੋਲਸ ਤਾਂ ਆਲਮੋਸਟ ਕੁੱਕ ਹੀ ਨੇ ਨਾਲ ਨਾਲ ਉੱਧਰ ਜਿਹੜੀ ਸਪੈਗੇਟੀ ਬੋਇਲ ਹੋਈ ਜਾਂਦੀ ਸੀਗੀ ਅਤੇ ਤੁਸੀਂ ਨੂਡਲ ਵੀ ਲੈ ਸਕਦੇ ਹਾਂ ਨੂਡਲ ਨਹੀਂ ਹੈਗੇ ਮੈਗੀ ਦਾ ਪੈਕਟ ਜਿਹੜਾ ਆ ਉਹੀ ਪਲੇਨ ਮੈਗੀ ਜਿਹੜੀ ਆ ਬੋਇਲ ਕਰਕੇ ਨਾਲ ਬਣਾ ਸਕਦੇ ਹਾਂ ਨਹੀਂ ਤਾਂ ਫਰਾਈਡ ਰਾਈਸ ਬਣਾ ਸਕਦੇ ਹਾਂ ਜੀਰਾ ਰਾਈਸ ਹੁੰਦੇ ਆ ਜਿਹੜੇ ਬਸ ਮਲਟੀ ਟਾਸਕਿੰਗ ਕਰਕੇ ਅਤੇ ਫਟਾਫਟ ਸਾਰੇ ਕੰਮ ਹੋਈ ਗਏ ਨਾਲ ਨਾਲ ਇੱਧਰ ਫਰਾਈਡ ਹੋ ਗਏ ਆਪਣੀ ਮਨਚੂਰੀਅਨ ਬੋਲ ਉੱਧਰ ਸਪੈਗੇਟੀ ਜਿਹੜੀ ਆ ਉਹ ਬੋਇਲ ਹੋ ਗਈ ਸੀਗੀ ਅਤੇ ਆਲਮੋਸਟ ਆਪਣਾ ਅੱਧਾ ਕੰਮ ਹੋ ਗਿਆ ਬਸ ਹੁਣ ਗ੍ਰੇਵੀ ਦੀ ਤਿਆਰੀ ਕਰਨੀ ਸੀ ਗ੍ਰੇਵੀ ਲਈ ਇੱਥੇ ਮੈਂ ਸਾਰਾ ਕੁਝ ਪਹਿਲਾਂ ਹੀ ਜਿਹੜਾ ਆ ਉਹ ਕ੍ਰਸ਼ ਕਰਕੇ ਰੱਖ ਲਿਆ ਸੀਗਾ ਜਿੰਜਰ ਗਾਰਲਿਕ ਜਿਹੜਾ ਸੀਗਾ ਉੱਥੇ ਮੈਂ ਅੱਧਾ ਪਾਊਂਗੀ ਅੱਧਾ ਬਚਾ ਲੂੰਗੀ ਸਪੈਗੇਟੀ ਲਈ ਅਤੇ ਜਦ ਤੱਕ ਜਿੰਜਰ ਗਾਰਲਿਕ ਜਿਹੜਾ ਆ ਉਹ ਗੋਲਡਨ ਬਰਾਊਨ ਹੋਊਗਾ ਤਦ ਤੱਕ ਨਾਲ ਮੈਨੂੰ ਹਿੰਗ ਪਾਉਣ ਦਾ ਚੇਤਾ ਹੋ ਗਿਆ ਫਿਰ ਮੈਂ ਬਾਅਦ 'ਚੋਂ ਐਡ ਕੀਤੀ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹਾਂ ਪਰ ਸਾਡਾ ਨਹੀਂ ਸਰਦਾ ਹਿੰਗ ਖਾਧੇ ਬਿਨਾਂ ਅਸੀਂ ਪਾਉਂਦੇ ਹੀ ਪਾਉਂਦੇ ਹਰ ਇੱਕ ਚੀਜ਼ 'ਚ ਸਬਜ਼ੀ 'ਚ ਹਰ ਇੱਕ ਚੀਜ਼ ਤਕਰੀਬਨ ਅਤੇ ਬਸ ਜਿੰਜਰ ਅਤੇ ਗਾਰਲਿਕ ਨੇ ਜਿਹੜਾ ਗ੍ਰੇਵੀ ਦਾ ਜਿਹੜਾ ਫਲੇਵਰ ਆ ਉਹਨੂੰ ਇਨਹਾਂਸ ਕਰਨਾ ਆ ਜਿਹੜੀ ਉਹਦਾ ਅਰੋਮਾ ਆ ਜਿੰਜਰ ਗਾਰਲਿਕ ਦਾ ਉਹਨੇ ਬਸ ਇਹਨੂੰ ਗੋਲਡਨ ਬਰਾਊਨ ਹੋਣ ਤੱਕ ਕੁੱਕ ਕਰਨਾ ਆ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਆਪਾਂ ਜਿਹੜਾ ਆ ਪਿਆਜ਼ ਆਪਣਾ ਕ੍ਰਸ਼ ਕੀਤਾ ਹੋਇਆ ਸੀ ਚਿੱਲੀ ਅਤੇ ਪਿਆਜ਼ ਉਹ ਇੱਥੇ ਐਡ ਕਰ ਦਾਂਗੇ ਉਹਦੇ ਨਾਲ ਹੀ ਇੱਥੇ ਮੈਂ ਇੱਕ ਚਮਚ ਸਾਲਟ ਦਾ ਐਡ ਕਰਤਾ
ਅਤੇ ਬਿਲਕੁਲ ਨਾਲ ਹੀ ਇਹਦੇ ਜਿਹੜੇ ਆ ਆਪਣਾ ਕੈਪਸੀਕਮ ਸ਼ਿਮਲਾ ਮਿਰਚ ਜਿਹੜੀ ਕ੍ਰਸ਼ ਕੀਤੀ ਉਹ ਵੀ ਐਡ ਕਰ ਦਿੱਤੀ ਅਤੇ ਥੋੜ੍ਹਾ ਜਿਹਾ ਮੈਂ ਮਿਕਸਚਰ ਬਚਾਇਆ ਸੀ ਮਨਚੂਰੀਅਨ ਦਾ ਜਿਹੜਾ ਕੈਬੇਜ ਦਾ ਅਤੇ ਕੈਰਟ ਦਾ ਉਹ ਵੀ ਇੱਥੇ ਐਡ ਕਰ ਦੂੰਗੀ ਅਤੇ ਬਸ ਇਹਨੂੰ ਥੋੜ੍ਹਾ ਜਿਹਾ 2 ਮਿੰਟ ਲਈ ਸੋਤੇ ਕਰਨਾ ਇਹਨੂੰ ਜ਼ਿਆਦਾ ਨਹੀਂ ਗਾਲਣਾ ਕਰੰਚੀ ਰਹਿਣਾ ਚਾਹੀਦਾ ਕਿਉਂਕਿ ਅਜੇ ਗ੍ਰੇਵੀ ਜਦੋਂ ਬਣਨੀ ਉਦੋਂ ਵੀ ਇਹਨੇ ਉਹ ਪਾਣੀ 'ਚ ਬੋਇਲ ਹੋਣਾ ਸਬਜ਼ੀਆਂ ਨੇ ਅਤੇ ਲਾਸਟ 'ਤੇ ਐਡ ਕਰਦੀ ਪੈਪਰ ਅਤੇ ਥੋੜ੍ਹਾ ਜਿਹਾ ਕੋਰੀਐਂਡਰ ਪਾਊਡਰ ਇਹਦੇ ਨਾਲ ਹੀ ਔਰਗੈਨੋ ਜਿਹੜਾ ਆ ਮੈਂ ਐਡ ਕਰੂੰਗੀ ਤੁਸੀਂ ਇਟਾਲੀਅਨ ਹਰਬਸ ਵੀ ਐਡ ਕਰ ਸਕਦੇ ਹਾਂ ਮਿਕਸਡ ਹਰਬਸ ਵੀ ਐਡ ਕਰ ਸਕਦੇ ਹਾਂ ਚਿੱਲੀ ਫਲੇਕਸ ਵੀ ਐਡ ਕਰ ਸਕਦੇ ਹਾਂ ਐਜ਼ ਪਰ ਯੂਰ ਟੇਸਟ ਅਤੇ ਬਸ ਇਹਨੂੰ ਥੋੜ੍ਹਾ ਜਿਹਾ ਇੱਥੇ ਕੁੱਕ ਕਰਨਾ ਆ ਅਤੇ ਨਾਲ ਦੀ ਨਾਲ ਇਹਦੇ ਵਿੱਚ ਐਡ ਕਰ ਦੇਣੀ ਆ ਆਪਾਂ ਸੌਸ ਸੌਸ ਮੇਨ ਇਹਦੇ ਵਿੱਚ ਜਿਹੜੀ ਆ ਹੌਟ ਸੌਸ ਪਾਉਣੀ ਹੁੰਦੀ ਆ ਰੈੱਡ ਚਿੱਲੀ ਜਾਂ ਗ੍ਰੀਨ ਚਿੱਲੀ ਪਾ ਲਓ ਟਮੈਟੋ ਕੈਚਅਪ ਪਾਉਣੀ ਹੁੰਦੀ ਆ ਅਤੇ ਸੋਇਆ ਸੌਸ ਪਾਉਣੀ ਹੁੰਦੀ ਆ ਸੋਏ ਸੌਸ ਜਿਹੜੀ ਆ ਉਹ ਲਾਸਟ 'ਤੇ ਪਾਉਣੀ ਹੈ ਅਤੇ ਧਿਆਨ ਰੱਖਣਾ ਆ ਸੋਏ ਸੌਸ ਅੱਗ ਫੜ ਲੈਂਦੀ ਹੁੰਦੀ ਹੈ ਜਦੋਂ ਜ਼ਿਆਦਾ ਮਤਲਬ ਸੇਕ 'ਤੇ ਹਾਈ ਹੀਟ 'ਤੇ ਪਾਈਏ ਨਾ ਅਤੇ ਇੱਥੇ ਥੋੜ੍ਹਾ ਜਿਹਾ ਧਿਆਨ ਨਾਲ ਪਾਉਣੀ ਸੋਏ ਸੌਸ ਬਸ ਇਹਨਾਂ ਦੇ ਨਾ ਸੌਸਿਸ ਨੂੰ ਮਿਕਸ ਕਰ ਲੈਣਾ ਆਪਾਂ ਅਤੇ ਸਾਡੀ ਗ੍ਰੇਵੀ ਜਿਹੜੀ ਆ ਆਲਮੋਸਟ ਰੈਡੀ ਆ ਪਾਣੀ ਪਾ ਕੇ ਇਹਨੂੰ ਥੋੜ੍ਹੀ ਦੇਰ ਕੁੱਕ ਕਰਨਾ ਹੈ ਅਤੇ ਜਿੰਨੇ ਕੁ ਤੁਸੀਂ ਮਤਲਬ ਕਿ ਕੁਆਂਟਿਟੀ ਦੇ ਵਿੱਚ ਇਹਨੂੰ ਥਿੱਕ ਜਾਂ ਰਨੀ ਕੰਸਿਸਟੈਂਟ ਰੱਖਣਾ ਚਾਹੁੰਦੇ ਹਾਂ ਉਸ ਹਿਸਾਬ ਨਾਲ ਪਾਣੀ ਐਡ ਕਰ ਲੈਣਾ ਅਤੇ ਬਸ ਮੇਰੀ ਵੀ ਗ੍ਰੇਵੀ ਬਿਲਕੁਲ ਰੈਡੀ ਹੈਗੀ ਮਨਚੂਰੀਅਨ ਬੋਲਸ ਲਈ ਬਸ ਲਾਸਟ ਸਟੈਪ ਰਹਿ ਗਿਆ ਉਹ ਸੀਗਾ ਕਿ ਕੋਰਨ ਫਲਾਰ ਦੀ ਸਲਰੀ ਬਣਾ ਕੇ ਆਪਾਂ ਇੱਦਾਂ ਜਿਹੜਾ ਅਰਾਰੋਟ ਹੀ ਉਹਨੂੰ ਪਾਣੀ ਦੇ ਵਿੱਚ ਮਿਕਸ ਕਰਕੇ ਅਤੇ ਗ੍ਰੇਵੀ ਵਿੱਚ ਐਡ ਕਰ ਦੇਣਾ ਤਾਂ ਕਿ ਉਹ ਥਿੱਕ ਹੋ ਜਾਏ ਜਿਹੜੀ ਗ੍ਰੇਵੀ ਆ ਉਹ ਬਾਕੀ ਸਬਜ਼ੀਆਂ ਵਰਗੀ ਕੜੀ ਨਾ ਬਣੇ ਅਤੇ ਬਸ ਇਹ ਥਿੱਕ ਹੋ ਜਾਵੇ ਅਤੇ ਥਿੱਕ ਇਹਨੂੰ ਕਰਨਾ ਸੀਗਾ ਅਰਾਰੋਟ ਨੇ ਬਸ ਉਹ ਮੈਂ ਐਡ ਕਰ ਦਿੱਤਾ ਅਤੇ ਪਾਣੀ ਪਾ ਕੇ ਇਹਨੂੰ ਜਿਹੜਾ ਥੋੜ੍ਹੀ ਦੇਰ ਲਈ ਰਿੰਨ ਲੈਣਾ ਆ ਅਤੇ ਗ੍ਰੇਵੀ ਆਲਮੋਸਟ ਡਨ ਆ ਸਾਡੀ ਵੇਖੋ ਕਿੰਨਾ ਸੋਹਣਾ ਕਲਰ ਆਇਆ ਅਤੇ ਇਹ ਰੈਸਪੀ ਮੈਂ ਖਾਸ ਕਰਕੇ ਮੰਮੀ ਲਈ ਬਣਾਈ ਕਿਉਂਕਿ ਮੈਂ ਜਦੋਂ ਵੀ ਮਨਚੂਰੀਅਨ ਬਣਾਉਂਦੀ ਮੰਮੀ ਦੱਸਦੀ ਮੰਮੀ ਕਹਿਣਗੇ ਮੈਨੂੰ ਵੀ ਦੱਸੀ ਹਾਂ ਕਿੱਦਾਂ ਬਣਾਉਣਾ ਸੀਗਾ ਕਿਉਂਕਿ ਮੰਮੀ ਨੂੰ ਬਹੁਤ ਪਸੰਦ ਆ ਮਨਚੂਰੀਅਨ ਅਤੇ ਮੈਂ ਸੋਚਿਆ ਚਲੋ ਰੈਸਪੀ ਬਣਾ ਲੈਂਦੀ ਹਾਂ ਮੰਮੀ ਨੂੰ ਜਦੋਂ ਜ਼ਰੂਰਤ ਪਊਗੀ ਵੀਡੀਓ ਕੱਢ ਕੇ ਵੇਖ ਲੈਣਗੇ ਅਤੇ ਬਣਾ ਲੈਣਗੇ ਬਸ ਲਾਸਟ ਸਟੈਪ ਰਹਿ ਗਿਆ ਸੀਗਾ ਮਨਚੂਰੀਅਨ ਐਡ ਕਰ ਦਿੱਤਾ ਅਤੇ ਗ੍ਰੇਵੀ ਮਨਚੂਰੀਅਨ ਆਪਣੇ ਰੈਡੀ ਹੈ ਇਹਨੂੰ ਮੈਂ ਹੁਣ ਕਰ ਦੂੰਗੀ ਦੂਸਰੇ ਗੈਸ ਦੇ ਉੱਪਰ ਇੱਧਰ ਆਪਾਂ ਤਿਆਰੀ ਕਰ ਲਾਂਗੇ ਸਪੈਗੇਟੀ ਦੀ ਸਪੈਗੇਟੀ ਬਿਲਕੁਲ ਸਿੰਪਲ ਅਤੇ ਪਲੇਨ ਬਣਾਉਣੀ ਆ ਆਪਾਂ ਇਹਦੇ ਵਿੱਚ ਮੈਂ ਤੇਲ ਪਾ ਲਿਆ ਕੜਾਹੀ ਦੇ ਵਿੱਚ ਜਿੰਜਰ ਗਾਰਲਿਕ ਜਿਹੜਾ ਬਚਿਆ ਹੋਇਆ ਸੀਗਾ ਉਹ ਇੱਥੇ ਪਾ ਦਿੱਤਾ ਕੋਈ ਇਹਦੇ ਵਿੱਚ ਪਿਆਜ਼ ਟਮਾਟਰ ਕੁਛ ਐਡ ਨਹੀਂ ਕਰਨਾ ਸਿਰਫ ਜਿੰਜਰ ਗਾਰਲਿਕ ਪੈਣਾ ਆ ਕਿਉਂਕਿ ਆਪਣੀ ਜਿਹੜੀ ਮਨਚੂਰੀਅਨ ਗ੍ਰੇਵੀ ਆਲਰੇਡੀ ਬਹੁਤ ਜਿਹੜੀ ਆ ਸਪਾਈਸੀ ਅਤੇ ਰਿਚ ਬਣੀ ਹੋਈ ਹੈ ਇਸ ਕਰਕੇ ਇੱਧਰ ਜ਼ਿਆਦਾ ਕੁਝ ਨਹੀਂ ਐਡ ਕਰਨਾ ਪੈਪਰ ਐਡ ਕਰਾਂਗੇ ਸੋਲਟ ਐਡ ਕਰਾਂਗੇ ਅਤੇ ਇੱਕ ਲਾਸਟ ਚੀਜ਼ ਐਡ ਕਰਾਂਗੇ ਔਰਗੈਨੋ ਅਤੇ ਨਾਲ ਦੀ ਨਾਲ ਜਿਹੜੇ ਆਪਣੇ ਸਪੈਗੇਟੀ ਬੋਇਲ ਕਰਕੇ ਰੱਖੀ ਹੋਈ ਹੈਗੀ ਉਹ ਇੱਥੇ ਐਡ ਕਰ ਦਾਂਗੇ ਜਿੱਦਾਂ ਮੈਂ ਦੱਸਿਆ ਕਿ ਤੁਸੀਂ ਸਪੈਗੇਟੀ ਨਹੀਂ ਹੈਗੀ ਤੁਹਾਡੇ ਕੋਲ ਤੁਸੀਂ ਕੋਈ ਵੀ ਨੂਡਲ ਐਡ ਕਰ ਸਕਦੇ ਹਾਂ ਮੈਗੀ ਐਡ ਕਰ ਸਕਦੇ ਹਾਂ ਇੱਥੇ ਅਤੇ ਕਿਉਂਕਿ ਆਪਾਂ ਸਿਰਫ ਇੱਕ ਜਿਹੜਾ ਆ ਉਹਨੂੰ ਇੱਕ ਪ੍ਰੋਪਰ ਮੀਲ ਬਣਾਉਣਾ ਹੈ ਮਨਚੂਰੀਅਨ ਨੂੰ ਕਿਉਂਕਿ ਇਕੱਲਾ ਤਾਂ ਖਾਧਾ ਨਹੀਂ ਜਾਣਾ ਉਹ ਇਹਦੇ ਨਾਲ ਨੂਡਲਸ ਜਾਂ ਫਰਾਈਡ ਰਾਈਸ ਹੋਣੇ ਚਾਹੀਦੇ ਇਸ ਕਰਕੇ ਸਿੰਪਲ ਜੀ ਇੱਕ ਚੀਜ਼ ਆ ਕਿ ਤੁਸੀਂ ਸਪੈਗੇਟੀ ਨੂੰ ਬੋਇਲ ਕਰਕੇ ਜਸਟ ਜਿੰਜਰ ਗਾਰਲਿਕ ਅਤੇ ਔਰਗੈਨੋ ਸੋਲਟ ਪੈਪਰ ਦੇ ਵਿੱਚ ਇਹਨੂੰ ਸਟਿਰ ਫਰਾਈ ਕਰ ਲਓ ਅਤੇ ਆਲ ਗੁੱਡ ਟੂ ਗੋ ਆਪਣੀ ਇੱਕ ਡਿਸ਼ ਰੈਡੀ ਹੋ ਗਈ ਹੋਲਸਮ ਅਤੇ ਲੰਚ ਦੀ ਤਿਆਰੀ ਹੋ ਗਈ ਵੇਖੋ ਨੂਡਲਸ ਕਿੰਨੇ ਸੋਹਣੇ ਬਣੇ ਆ ਇਕੱਲਾ ਇਕੱਲਾ ਨੂਡਲ ਆ ਜਦੋਂ ਉਹਨਾਂ ਨੂੰ ਬੋਇਲ ਕਰਕੇ ਆਪਾਂ ਸਟਰੇਨ ਕਰਨਾ ਆ ਨਾ ਉਦੋਂ ਬਸ ਇਹਦੇ ਵਿੱਚ ਨੂਡਲ ਦੇ ਵਿੱਚ ਠੰਡਾ ਪਾਣੀ ਚਲਾ ਦੇਣਾ ਅਤੇ ਨਾਲ ਦੀ ਨਾਲ ਥੋੜ੍ਹਾ ਜਿਹਾ ਆਇਲ ਐਡ ਕਰ ਦੇਣਾ ਤਾਂ ਕਿ ਸਟਿੱਕੀ ਨਾ ਹੋ ਜਾਣ ਅਤੇ ਬਸ ਇੱਕ ਵਧੀਆ ਜੀ ਡਿਸ਼ ਲੈ ਕੇ ਐਜ਼ ਯੂਜੂਅਲ ਸਰਵ ਕਰੋ ਅਤੇ ਵੇਖੋ ਕਿੰਨਾ ਸੋਹਣਾ ਬਣਿਆ ਆ ਨਾ ਨੂਡਲਸ ਅਤੇ ਨਾਲ ਮਨਚੂਰੀਅਨ ਆਈ ਹੋਪ ਤੁਹਾਨੂੰ ਇਹ ਰੈਸਪੀ ਪਸੰਦ ਆਈ ਹੋਊਗੀ ਅਤੇ ਯੂ ਮਸਟ ਟਰਾਈ ਐਟ ਹੋਮ ਆਪਣੇ ਘਰਦਿਆਂ ਨੂੰ ਬਣਾ ਕੇ ਖਵਾਓ ਅਤੇ ਕੋਸ਼ਿਸ਼ ਕਰਿਆ ਕਰੋ ਬਾਹਰੋਂ ਖਾਣ ਦੀ ਬਜਾਏ ਘਰ ਸਮਾਨ ਲੈ ਕੇ ਬਣਾਇਆ ਕਰੋ ਤਾਂ ਕਿ ਸਾਰਾ ਪਰਿਵਾਰ ਬਹਿ ਕੇ ਖਾ ਸਕੇ ਅਤੇ ਇੱਕ ਹਾਈਜੀਨ ਤਰੀਕੇ ਨਾਲ ਬਣ ਜੂ ਚੀਜ਼ ਨਾਲ ਇੱਕ ਤੁਹਾਡੀ ਸਕਿੱਲ ਅਪਲਿਫਟ ਹੋਊਗੀ ਤੁਹਾਨੂੰ ਨਵੀਆਂ ਚੀਜ਼ਾਂ ਬਣਾਉਣੀਆਂ ਆਉਣਗੀਆਂ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਨਵੀਂ ਚੀਜ਼ ਜਿਹੜੀ ਬਾਹਰੋਂ ਤੁਹਾਨੂੰ ਖਾਣੀ ਪਸੰਦ ਆ ਉਹ ਘਰ ਖੁਦ ਬਣਾ ਕੇ ਵੀ ਟਰਾਈ ਕਰੋ ਅਤੇ ਆਪਣੇ ਪਰਿਵਾਰ ਨਾਲ ਬਹਿ ਕੇ ਖਾਓ ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ ਆਈ ਹੋਪ ਯੂ ਲਾਈਕ ਦ ਵੀਡੀਓ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ